ਆਹਾ ਵੀ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਠੁਣੀਆਂ ਰਾਮ ਲੋ ਸਤਿ ਸ਼੍ਰੀ ਅਕਾਲ ਅਤੇ ਬੀਬਾ ਜੀ ਤੁਹਾਨੂੰ ਵੀ ਤੁਹਾਨੂੰ ਵੀ ਠੁਣੀਆਂ ਰਾਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਅਦਾਬਰਸ ਮੇਰੇ ਵੱਲੋਂ ਵੀ ਸਭ ਨੂੰ ਵੇਖੋ ਨਾ ਜੀ ਸਮਾਂ ਤਾਂ ਪਤਾ ਨਹੀਂ ਲੱਗਦਾ ਹਾਂਜੀ ਠੁਣੀਆਂ ਜੀ ਟਾਈਮ ਇਸ ਤਰ੍ਹਾਂ ਗੁਜ਼ਰ ਜਾਂਦਾ ਦੇਖੋ ਹਲੇ ਸਮਰ ਸ਼ੁਰੂ ਹੋਇਆ ਸੀ ਹੁਣ ਸਮਰ ਖਤਮ ਹੋਣ 'ਤੇ ਅਤੇ ਬਸ ਲੰਘੀ ਜਾਂਦਾ ਬਸ ਹੁਣ ਸਰਦੀ ਸ਼ੁਰੂ ਹੋ ਜਾਣੀ ਸੂਨ ਬਿਲਕੁਲ ਇੰਜੋਏ ਕਰ ਲਓ ਜਿੰਨਾ ਵੀ ਸਮਰ ਇੰਜੋਏ ਕਰਨਾ ਬਸ ਸਮੇਂ ਤੂੰ ਧੀਰੇ ਧੀਰੇ ਚੱਲ ਛੋੜ ਕੇ ਸਾਰੀ ਦੁਨੀਆ ਮੈਂ ਤੋਂ ਅੱਗੇ ਜਾਉਂ ਨਿਕਲ ਹੈ ਜੀ 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 ਇਹ ਧੀਰੇ ਨਹੀਂ ਚੱਲਦਾ ਇਹ ਬੜੀ ਤੇਜ਼ ਚੱਲਦਾ ਹੈ ਹਾਂਜੀ ਠੀਕ ਹੈ ਜਿਹੜਾ ਵੀ ਸਮਾਂ ਬਸ ਚੱਲ ਰਿਹਾ ਹੈ ਬਸ ਚੰਗਾ ਚੱਲਣਾ ਚਾਹੀਦਾ ਤੈਨੂੰ ਹਾਸੇ ਦੀ ਗੱਲ ਦੱਸਾਂ ਉਹ ਮੈਂ ਕਿਸੇ ਦੇ ਘਰ ਗਿਆ ਅਤੇ ਉੱਥੇ ਰੱਬ ਤੇਰਾ ਭਲਾ ਕਰੇ ਅਤੇ ਉਂਝੀ ਨਾ ਤੇ ਬੰਦੇ ਨੇ ਚਾਹ ਰੱਖੀ ਮੂਹਰੇ ਨਾ ਸ਼ਰਬਤ ਨਾ ਕੋਈ ਖਾਣ ਨੂੰ ਮੈਂ ਕਿਹਾ ਸਿਰ ਸਵਾਇਆ ਇੱਦਾਂ ਕਿਸੇ ਨੂੰ ਬੁਲਾਉਣ ਦੇ ਬੰਦਾ ਨਾ ਕਰੂ ਖਾ ਕੇ ਜਾਵੇ ਨਾ ਕਹਾ ਕੁਛ ਮਿਲੇ ਮਰੇ ਸੂਮ ਜਜਮਾਨ ਮਰੇ ਕਮਚਾਲਾ ਟੱਟੂ ਮਰੇ ਕਲੈਣੀ ਨਾਰ ਮਰੇ ਮਾਨਸ ਮਣ ਖੱਟੂ ਮਰੇ ਪਿਤਾ ਜੋ ਪੂਤ ਕੋ ਮਦ ਪਿਲਾਏ ਮਰੇ ਪੂਤ ਜੋ ਕੁਲ ਕੋ ਦਾਗ ਲਗਾਏ ਔਰ ਮਰੇ ਰਾਜਾ ਜੋ ਹੋਵੇ ਅਨਿਆਏ ਹੈ ਉਹ ਕਹਿੰਦੇ ਜਿਹੜਾ ਸੂਮ ਜਜਮਾਨ ਹੈ ਨਾ ਉਹ ਮਰੀ ਜਾਵੇ ਬਸ ਬੰਨ ਲਈ ਆਪਣੇ ਲੜ ਇਹਨੂੰ ਗੱਠ ਬੰਨ ਲਈ ਹੈ ਪਰਨੇ ਨੂੰ ਬਸ ਚੇਤਾ ਰੱਖੂਗਾ ਗਾਹ ਵਾਸਤੇ ਆਪਣਾ ਸੈਂਡ ਵਿੱਚ ਨਾਲ ਹੀ ਲੈ ਕੇ ਜਾਇਆ ਕਰਨਾ ਖਾਲੀ ਲੜ ਨਾ ਬਣੋ ਨਾਲ ਕੋਸ਼ਿਸ਼ ਕਰੋ ਸੈਂਡਵਿਚ ਵੀ ਨਾਲ ਬੰਨ ਲਿਆ ਕਰੋ ਆਹੋ ਅੱਗੇ ਬਾਂਡੇ ਜਾਣਾ ਦੂਰ ਕਿਤੇ ਬਾਂਡਾ ਹੋਣਾ ਅੱਗੇ ਕਿਹੜੀਆਂ ਬੱਸਾਂ ਲਾਰੀਆਂ ਚੱਲਦੀਆਂ ਸੀ ਜਾਂ ਤੁਰ ਕੇ ਜਾਂਦੇ ਹੁੰਦੇ ਸੀਗੇ ਜਾਂ ਜਾਣਾ ਕਿਤੇ ਬਾਅਦ 'ਚ ਤਾਂ ਸਾਈਕਲ ਮਾੜੇ ਮੋਟੇ ਚੱਲ ਪਏ ਅਤੇ ਜਾਂ ਗੱਡੀਆਂ ਤੇ ਜਾਣਾ ਤਾਂ ਬਸ ਉਹ ਕਿੰਨੇ ਚਿਰੀ ਪਹੁੰਚਣਾ ਤਾਂ ਆਪਣਾ ਨਾਲ ਹੀ ਲੈ ਕੇ ਜਾਈਦਾ ਹੁੰਦਾ ਸੀ ਖਾਣ ਪੀਣ ਨੂੰ ਸ਼ਨਮ ਜੀ ਅੱਜ ਕੱਲ੍ਹ ਵੀ ਦੇਖੋ ਤੁਸੀਂ ਗੱਡੀ 'ਚ ਵੀ ਜਾਓ ਤੇ ਡਰਾਈਵ ਥਰੂ ਕਿੰਨੀ ਹੈਗੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਬਿਲਕੁਲ ਥੋੜ੍ਹੀ ਜਿਹੀ ਹਿੰਮਤ ਕਰ ਲੈਣੀ ਸੀ ਸ਼ਨਮ ਜੀ ਖਾਲੀ ਪੇਟ ਤੇ ਫਿਰ ਅਗਰ ਅਗਲੇ ਤੇ ਤੁਸੀਂ ਭਰੋਸਾ ਕਰੋ ਕਿ ਖਾਣਾ ਤੇ ਫਿਰ ਉਸ ਟਾਈਮ ਤੋਂ ਸਰਵ ਕਰਨਗੇ ਜਦੋਂ ਸਾਰਿਆਂ ਨੇ ਖਾਣਾ ਮੈਂ ਸਮੇਂ ਦੀ ਗੱਲ ਕਰਦਾ ਸੀ ਬੀਬਾ ਹਨਾ ਤਾਂ ਦੇਖ ਲਾ ਕਿੱਦਾਂ ਸਮਾਂ ਬਦਲਦੇ ਨੂੰ ਟਾਈਮ ਨਹੀਂ ਲੱਗਦਾ ਅੱਜ ਕੱਲ੍ਹ ਦੇਖ ਲਾ ਕਿਹੜਾ ਯੁੱਗ ਆ ਗਿਆ ਤੇ ਅਸੀਂ ਉਹ ਵੀ ਸਮੇਂ ਦੇਖੇ ਆ ਜਦੋਂ ਤੁਰ ਕੇ ਜਾਣਾ ਕਿਤੇ ਬਾਂਡੇ ਤਾਂ ਸਿਖਰ ਦੁਪਹਿਰਾ ਹੋਣਾ ਕਿਤੇ ਛਾਂ ਹੇਠਾਂ ਬਹਿ ਜਾਣਾ ਦਰਖਤ ਦੀ ਪਾਣੀ ਪੀ ਲੈਣਾ ਕਿਸੇ ਨਲਕੇ ਤੇ ਫਿਰ ਤੁਰ ਪੈਣਾ ਥੋੜ੍ਹਾ ਜਿਹਾ ਤੇ ਬੜੇ ਸਮੇਂ ਬਲੇ ਭਲੇ ਹੁੰਦੇ ਸੀਗੇ ਟਾਈਮ ਅੱਛੇ ਸੀਗੇ ਸਾਰੀ ਸਾਨੂੰ ਜਦੋ ਜਹਿਦ ਕਰਨੀ ਪੈਂਦੀ ਸੀ ਲੇਕਿਨ ਉਸ ਟਾਈਮ ਤੇ ਸਾਡੀਆਂ ਸਿਹਤਾਂ ਵੀ ਬਿਹਤਰ ਸੀ ਲੋਕਾਂ ਬਹੁਤ ਮੈਂ ਕਿਹਾ ਰਾਹ 'ਚ ਕਿਤੇ ਖੂਹ ਆਉਣਾ ਆਪਣੇ ਦਰਖਤ ਲਈ ਠੰਡਾ ਖੂਹ ਹੋਣਾ ਉਹਦਾ ਪਾਣੀ ਪੀਣਾ ਬੀਬਾ ਏਦਾਂ ਲੱਗਣਾ ਜਿੱਦਾਂ ਸ਼ਰਬਤ ਪੀ ਲਿਆ ਬਿਲਕੁਲ ਬੜਾ ਸਵਾਦ ਪਾਣੀ ਹੋਣਾ ਪਿਓਰ ਸੀ ਨਾ ਚੀਜ਼ਾਂ ਬਿਲਕੁਲ ਬਿਲਕੁਲ ਹਰ ਚੀਜ਼ 'ਚ ਮਿਲਾਵਟ ਹੈ ਵੈਸੇ ਵੀ ਤੁਸੀਂ ਜਿਹੜੀ ਬ੍ਰੀਥ ਕਰਦੇ ਹੋ ਜਿਹੜੀ ਬਾਹਰ ਏਅਰ 'ਚ ਉਹਦੇ 'ਚ ਵੀ ਬਿਲਕੁਲ ਸਹੀ ਗੱਲ ਆ ਤੇ ਪੁਰਾਣੇ ਵਕਤਾਂ ਦੀਆਂ ਜਿਹਨਾਂ ਨੇ ਖੁਰਾਕਾਂ ਖਾਧੀਆਂ ਉਹ ਅੱਜ ਵੀ ਤਗੜੇ ਨੇ ਕਿਤੇ ਦੂਧ ਦੀ ਛਾਂ 'ਤੇ ਬਹਿ ਜਾਣਾ ਏਦਾਂ ਲੱਗਣਾ ਜਿੱਦਾਂ ਏਸੀ ਲੱਗਾਇਆ ਹੁੰਦਾ ਬੜੇ ਸਮੇਂ ਭਲੇ ਸੀਗੇ ਚਲੋ ਚਲੋ ਜੋ ਵੀ ਅਸੀਂ ਵੀ ਬੜੇ ਸਕੂਨ ਨਾਲ ਬੈਠੇ ਹੋਏ ਹਾਂ ਬਿਲਕੁਲ ਖਾਸ ਤੌਰ 'ਤੇ ਜਿਹਨਾਂ ਕੋਲ ਝੋਪੜੀਆਂ ਨੇ ਜਿਹਨਾਂ ਕੋਲ ਘਰ ਨਹੀਂ ਹੈ ਜਿਹਨਾਂ ਕੋਲ ਅਸੀਂ ਫਿਰ ਵੀ ਨਾ ਸ਼ੁਕਰੀ ਨਹੀਂ ਕਰ ਸਕਦੇ ਜਿਸ ਹਾਲ 'ਚ ਵੀ ਰੱਖੇ ਰੱਬ ਬਸ ਸ਼ੁਕਰ ਹੀ ਕਰਨਾ ਚਾਹੀਦਾ ਦੇਖੋ ਜੀ ਰੱਬ ਦੀ ਘੜੀ ਦਾ ਪਤਾ ਨਹੀਂ ਲੱਗਦਾ ਮੈਂ ਖਬਰਾਂ ਦੇਖਦਾ ਸੀਗਾ ਕਿਤੇ ਅਤੇ ਇੱਥੇ ਅਮੈਰੀਕਾ ਫਲੋਰਿਡਾ 'ਚ ਕੋਈ ਮਾਂ ਆਪਣੇ 6 ਸਾਲ ਦੇ ਬੱਚੇ ਨੂੰ ਅਤੇ 7-8 ਮਹੀਨਿਆਂ ਦੀ ਆਪਣੀ ਛੋਟੀ ਬੱਚੀ ਨੂੰ ਕਾਰ 'ਚ ਛੱਡ ਗਈ ਸਮਾਨ ਲੈਣ ਚੱਲ ਗਈ ਅੰਦਰ ਕੁਛ ਤਾਂ ਉਹ ਜਿਹੜੀ 7-8 ਮਹੀਨਿਆਂ ਦੀ ਬੱਚੀ ਸੀਗੀ ਗਰਮੀ ਲੱਗੀ ਹੋਊਗੀ ਗੱਡੀ 'ਚੋਂ ਰੋਣ ਲੱਗ ਪਈ ਉਹ ਜਾਂ ਰੋਣ ਲੱਗ ਪਈ ਤਾਂ ਜਿਹੜਾ ਬੜਾ ਮੁੰਡਾ ਸੀਗਾ 6-7 ਦਾ ਉਹਨੂੰ ਚੁੱਪ ਕਰਾਉਣ ਲੱਗਾ ਉਹ ਜੀ ਉਹਨੂੰ ਥੱਪੜ ਮਾਰਿਆ ਪਈ ਚੁੱਪ ਕਰੇ ਨਾ ਰੋਵੇ ਫਿਰ ਹੋਰ ਮਾਰਿਆ ਉਹਨੇ ਇੰਨਾ ਕੁੱਟਿਆ ਉਹਦੇ ਮੁੜ ਕੇ ਆਉਂਦੀ ਨੂੰ ਉਹ ਕੁੜੀ ਪੂਰੀ ਹੋ ਗਈ ਵਿਚਾਰੀ 6-7 ਮਹੀਨਿਆਂ ਦੀ ਉਹਦੀ ਮੌਤ ਹੀ ਹੋ ਗਈ ਝੰਜੋੜ ਛੱਡਿਆ ਏਦਾਂ ਫੜ ਕੇ ਬੱਚੇ ਨੇ ਫਿਰ ਚੁਣਮ ਜੀ ਕਸੂਰ ਫਿਰ ਵੀ ਮਾਂ ਬਾਪ ਦਾ ਹੀ ਹੈ ਨਾ ਬਿਲਕੁਲ ਜੀ ਜਿਹੜੇ ਇੰਨੇ ਛੋਟੇ ਬੱਚਿਆਂ ਨੂੰ ਗੱਡੀ ਛੱਡ ਗਈ ਤੇ ਅਸੀਂ ਨਿਊਜ਼ ਅੱਜ ਕੱਲ੍ਹ ਕੀ ਬੰਦਾ ਸੁਣੇ ਜਾਂ ਦੇਖੇ ਚੁਣਿਆ ਰਾਮ ਜੀ ਦੇਖਣ ਤੇ ਇਹੋ ਜਿਹੀ ਚੀਜ਼ਾਂ ਦੇਖ ਕੇ ਹੋਰ ਹੀ ਤੁਹਾਡਾ ਦਿਲ ਜਿਹੜਾ ਨਾ ਉਦਾਸ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਇਹ ਚੀਜ਼ਾਂ ਵਾਸਤੇ ਅਸੀਂ ਹਮੇਸ਼ਾ ਬਲਕਿ ਅਸੀਂ ਗੱਲ ਕਰਨੇ ਹਾਂ ਅਵੇਅਰਨੈਸ ਦੀ ਥੋੜ੍ਹਾ ਜਿਹਾ ਟਿਪਸ ਦੇਈ ਦੀਆਂ ਕੁਛ ਚੁਣਮ ਜੀ ਮੈਂ ਸਮਝਦੀ ਹਾਂ ਸਭ ਚੀਜ਼ਾਂ ਬਾਕੀ ਆਪਣੀ ਜਗ੍ਹਾ ਸੇਫਟੀ ਜਿਹੜੀ ਹੈ ਨਾ
ਉਹ ਨੰਬਰ 1 ਪ੍ਰਾਇੋਰਟੀ ਹੋਣੀ ਚਾਹੀਦੀ ਸਾਨੂੰ ਪਹਿਲਾਂ ਮੈਂ ਤਾਂ ਕਹਿੰਦਾ ਇੱਥੇ ਕਈ ਆਪਣੇ ਮਾਂ-ਬਾਪ ਬੱਚਿਆਂ ਨੂੰ ਬਜ਼ੁਰਗਾਂ ਕੋਲ ਵੀ ਛੱਡ ਜਾਂਦੇ ਆ ਇੰਡੀਆ ਤੋਂ ਆਏ ਬਜ਼ੁਰਗ 17-17 ਸਾਲਾਂ ਦੇ ਬਲਕਿ ਬੱਚੇ ਛੱਡ ਜਾਂਦੇ ਨੇ ਉਹਨਾਂ ਦੇ ਨਾਲ ਹਾਂ ਤੇ ਚੁਨੇ ਰਾਮ ਜੀ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰ ਸੇਫਟੀ ਦਾ ਬਿਲਕੁਲ ਹਾਂ ਉਹ ਇੰਨਾ ਜ਼ਰੂਰੀ ਹੈ ਚੁਨੇ ਰਾਮ ਜੀ ਕਿਉਂਕਿ ਮੈਂ ਖੁਦ ਵੀ ਕੰਮ ਕੀਤਾ ਹੋਇਆ ਹੈ ਵੂਮਨ ਸ਼ੈਲਟਰ ਵਿੱਚ ਬੱਚਿਆਂ ਦੇ ਚਿਲਡਰਨ ਫੈਮਿਲੀ ਐਂਡ ਚਿਲਡਰਨ ਸਰਵਿਸਿਜ਼ 'ਚ ਤੇ ਇੰਨਾ ਇੱਥੇ ਖਿਆਲ ਕੀਤਾ ਜਾਂਦਾ ਖਾਸ ਤੌਰ 'ਤੇ ਚੀਜ਼ਾਂ ਦੇ ਬਾਰੇ ਜਿਹੜੀ ਅਸੀਂ ਬਾਜ਼ ਔਕਾਤ ਨਾ ਬਸ ਲਾਪਰਵਾਹੀ ਕਰ ਜਾਈਦੀ ਹੈ ਤੇ ਬਹੁਤ ਜ਼ਰੂਰੀ ਕਿ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਜਾਂਦੇ ਹਾਂ ਅਤੇ ਉਹਨਾਂ ਨੂੰ ਇਲਮ ਹੋਵੇ ਕਮ ਅਜ਼ ਕਮ ਫਾਇਰ ਐਗਜ਼ਿਟ ਦਾ ਪਤਾ ਹੋਵੇ ਕਮ ਅਜ਼ ਕਮ ਘਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਮ ਅਜ਼ ਕਮ ਪਤਾ ਹੋਣਾ ਚਾਹੀਦਾ ਕਿ ਐਮਰਜੈਂਸੀ 'ਚ ਅਗਰ 911 ਕਾਲ ਕਰਨੀ ਹੈ ਜਾਂ ਫਿਰ ਉੱਥੇ ਅੱਗ ਵਗੈਰਾ ਲੱਗ ਜਾਵੇ ਉਹ ਜਿਹੜਾ ਹੁੰਦਾ ਹੈ ਭੂਕਣਾ ਜਿਹਾ ਆ ਕੇ ਅੱਗ ਬੁਝਾਉਣ ਵਾਲਾ ਫਾਇਰ ਐਕਸਟਿੰਗੁਇਸ਼ਰ ਜਿਹਨੂੰ ਕਹਿੰਦੇ ਆ ਬਿਲਕੁਲ ਉਹ ਹਰੇਕ ਘਰ 'ਚ ਜ਼ਰੂਰ ਰਸੋਈ 'ਚ ਚਾਹੀਦਾ ਉਹ ਵੀ ਚਾਹੀਦਾ ਜੀ ਫਾਇਰ ਐਗਜ਼ਿਟ ਦਾ ਪਤਾ ਹੋਣਾ ਚਾਹੀਦਾ ਦੂਸਰਾ ਉਹਨਾਂ ਨੂੰ ਕਮ ਅਜ਼ ਕਮ ਆਈਡੀਆ ਹੋਵੇ ਕਿ ਅਗਰ 911 ਕਾਲ ਕਰਨੀ ਬਾਜ਼ ਵੇਲੇ ਘਬਰਾ ਜਾਂਦੇ ਨੇ ਕਿ ਸਾਡੀ ਲੈਂਗੁਏਜ ਦੀ ਬੈਰੀਅਰ ਆ ਜਾਏਗਾ ਬਿਲਕੁਲ ਤੇ ਉਹਨਾਂ ਨੂੰ ਇਹ ਵੀ ਇਲਮ ਹੋਣਾ ਦੇਣਾ ਜ਼ਰੂਰੀ ਹੈ ਕਿ ਅੱਜ ਕੱਲ੍ਹ ਹਰ ਲੈਂਗੁਏਜ 'ਚ ਇੰਟਰਪ੍ਰੀਟਰ ਮਿਲ ਜਾਂਦੀ ਤਾਂ ਸਿਰਫ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਬਈ ਪੰਜਾਬੀ ਪਲੀਜ਼ ਔਰ ਉਰਦੂ ਪਲੀਜ਼ ਔਰ ਹਿੰਦੀ ਪਲੀਜ਼ ਕੋਈ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਸੋ ਬੱਚਿਆਂ ਵਾਸਤੇ ਵੀ ਕਮ ਅਜ਼ ਕਮ CPR ਦੀ ਅਗਰ ਟ੍ਰੇਨਿੰਗ ਹੋ ਸਕਦੀ ਹੈ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਕਈ ਚੀਜ਼ਾਂ ਵਾਸਤੇ ਉਹ ਬਾਜ਼ਕਤ ਖੁਦ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਤੇ ਬੱਚਿਆਂ ਨੂੰ ਫਿਰ ਕੀ ਸੰਭਾਲਣਗੇ ਤੇ ਬੀਬਾ ਆਪਣੀ ਗੱਲ ਕਰਦੇ ਸੀਗੇ ਆਪਣੇ ਕਾਕੇ ਬਾਸੀ ਦਾ ਫੋਨ ਆਇਆ ਸੀ ਜਗਿੰਦਰ ਬਾਸੀ ਦਾ JB ਦਾ ਹਾਂਜੀ ਉਹਨਾਂ ਦਾ ਸ਼ੋਅ ਹੋ ਰਿਹਾ 27 ਨੂੰ ਬੜਾ ਭਾਰਾ ਮੇਲਾ ਕਰਾਉਂਦਾ ਕਾਕਾ ਹਰੇਕ ਸਾਲ ਪਹਿਲਾਂ ਵੰਡਰਲੈਂਡ ਕਰਾਉਂਦਾ ਸੀ ਐਤਕੀ ਵੰਡਰਲੈਂਡ ਰੱਬ ਤੇਰਾ ਭਲਾ ਕਰੇ ਉੱਥੇ ਮੈਂ ਆਪਣੇ ਚੱਲ ਰਹੀ ਕੰਸਟਰਕਸ਼ਨ ਉਹਨਾਂ ਨੇ ਹੋਰ ਵੱਡਾ ਕਰ ਦੇਣਾ ਸਟੇਜ ਨੂੰ ਤੇ ਐਤਕੀ ਇਹ ਕਰਨ ਲੱਗਾ ਇੱਥੇ ਇੰਟਰਨੈਸ਼ਨਲ ਸੈਂਟਰ 'ਚ ਜਿਹੜਾ ਮਾਲਟਾ 'ਚ ਇਹ ਤਾਂ ਜ਼ਿਆਦਾ ਅੱਛਾ ਹੋ ਜਾਏਗਾ ਟੁਨੇ ਰਾਮ ਜੀ ਬਹੁਤ ਵਧੀਆ ਨੇੜੇ ਹੋ ਜਾਏਗਾ ਸਾਡੇ ਸਭ ਦੇ ਨੇੜੇ ਨਾਲੇ ਦੂਜਾ ਇੰਡੋਰ AC ਲੱਗਾ ਆ ਠੰਡੀ ਠਾਰ ਹਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆਰਟਿਸਟ ਆਉਣੇ ਆ ਰੱਬ ਤੇਰਾ ਭਰਾ ਕਰੇ ਅਮਰਿੰਦਰ ਗਿੱਲ ਮੀਕਾ ਸਿੰਘ ਗੈਰੀ ਸੰਧੂ ਤੇ ਐਮੀ ਵਿਰਕ ਇੱਕ ਆਖ ਮੁੰਡਾ ਨਵਾਂ ਆਇਆ ਨਿੰਜਾ ਬੜਾ ਵਧੀਆ ਗਾਉਂਦਾ ਬਹਿਜਾ ਬਹਿਜਾ ਕਰਾ ਦਿੰਦਾ ਉਹ ਤੇ ਅੰਦਰ ਸਟਾਲ ਲੱਗੇ ਹੋਣੇ ਆ ਖਾਣੇ ਚੱਲ ਰਹੇ ਆ ਮਹਿੰਦੀਆਂ ਲੱਗ ਰਹੀਆਂ ਮੇਲੇ ਦਾ ਮਾਹੌਲ ਆ ਬਹੁਤ ਅੱਛੀ ਗੱਲ ਹੈ ਖੂਬ ਰੌਣਕ ਲੱਗਣੀ ਚਾਹੀਦੀ ਹੈ ਤੇ ਅਸੀਂ ਸਭ ਨੂੰ ਇਨਕਰੇਜ ਕਰਾਂਗੇ ਕਿ ਸਾਰੇ ਤੁਸੀਂ ਉੱਥੇ ਆਪਣੀ ਫੈਮਿਲੀ ਦੇ ਨਾਲ ਆਓ ਤੇ ਦੂਜਾ ਤੇਰਾ ਰੱਬ ਭਲਾ ਕਰੇ ਅਤੇ ਟਾਈਮ ਆਪਣਾ ਵੀ ਹੋ ਜਾਂਦਾ ਹੈ ਬਹੁਤ ਛੇਤੀ ਅਤੇ ਮੈਂ ਤੈਨੂੰ ਸ਼ੁਗਲ ਦੀ ਗੱਲ ਦੱਸਾਂ ਹਾਂਜੀ ਸੁਣਾ ਜੀ ਟਾਈਮ ਦਾ ਤਾਂ ਪਤਾ ਹੀ ਨਹੀਂ ਚੱਲਦਾ ਅਤੇ ਸ਼ੁਗਲ ਦੀ ਗੱਲ ਅੱਜ ਕੱਲ੍ਹ ਨਾ ਆਪਣੇ ਫੇਸਬੁੱਕ ਦਾ ਬੜਾ ਰਿਵਾਜ ਵਾ ਅੱਜ ਕੱਲ੍ਹ ਸੁਣਿਆ ਤੂੰ ਤਾਂ ਚੱਲਿਆ ਆ ਰਿਹਾ ਅਤੇ ਬਹੁਤ ਹੀ ਕਾਮਨ ਹੋ ਗਿਆ ਕੋਈ ਰੋਟੀ ਖਾਧਾ ਤਾਂ ਪਹਿਲਾਂ ਫੋਟੋ ਫੇਸਬੁੱਕ ਤੇ ਲਾਉਂਦਾ ਆ ਕੋਈ ਰੋਟੀ ਖਾ ਕੇ ਡਕਾਰ ਆ ਗਿਆ ਫੇਰ ਫੇਸਬੁੱਕ ਤੇ ਫੋਟੋ ਲਾ ਕੋਈ ਕੱਪੜਾ ਲਿਆ ਤਾਂ ਫੇਸਬੁੱਕ ਤੇ ਕੋਈ ਹੱਸਿਆ ਕੋਈ ਰੋਇਆ ਕੋਈ ਖਾਧਾ ਪੀਤਾ ਸਭ ਕੁਛ ਹੁਣ ਕਹਾ ਕੀ ਕਹਿਣਾ ਬਸ ਵਕੇਸ਼ਨ ਤੇ ਨਹੀਂ ਜਾਣਾ ਚਾਹੀਦਾ ਸੁਣਿਆ ਕਈ ਲੋਕ ਵਕੇਸ਼ਨ ਤੇ ਵੀ ਕਹਿ ਕੇ ਲਿਖ ਕੇ ਚਲੇ ਜਾਂਦੇ ਨੇ ਤੇ ਪਿੱਛੋਂ ਘਰ ਲੁੱਟ ਗਏ ਤੇ ਫੇਸਬੁੱਕ ਤੇ ਲੋਕੀ ਬੜਾ ਆਪਣਾ ਅਪਡੇਟ ਕਰਦੇ ਇੱਦਾਂ ਕਿਸੇ ਦਾ ਨਾ ਕਿਆ ਹੋਇਆ ਹਸਬੈਂਡ ਦੀ ਕਿਸੇ ਦੀ ਡੈਥ ਹੋ ਗਈ ਤਾਂ ਬੜਾ ਉੱਥੇ ਅਫਸੋਸ ਕਰ ਨਾਲ ਰੌਲਾ ਪਿਆ ਆ ਰੋਣ ਲੋਕੀ ਕਿਤੇ ਚੀਕਾਂ ਚ ਤੇ ਭੈਣ ਉੱਥੇ ਰੋਣੇ ਧੋਣੇ ਸ਼ੁਰੂ ਹੋਏ ਹੋ ਬੜਾ ਬੁਰਾ ਹਾਲ ਤੇ ਘਰ ਵਾਲੀ ਵੀ ਬੜੀ ਵਿਚਾਰੀ ਰੋਵੇ ਤੇ ਘਰ ਵਾਲਾ ਉਹਦਾ ਗੁਜ਼ਰ ਗਿਆ ਤਾਂ ਬਸ ਉੱਥੇ ਚੰਗਾ ਇਕੱਠ ਮੱਠ ਹੋਏ ਆ ਸਾਰੇ ਆਇਓ ਅਫਸੋਸ ਕਰਨ ਨੂੰ ਤੇ ਉਹ ਰੋਂਦੀ ਰੋਂਦੀ ਕਹਿੰਦੀ ਆਪਣੇ ਨਿਆਣੇ ਨੂੰ ਕਹਿੰਦੀ ਮੇਰਾ ਲੈਪਟੋਪ ਲਿਆਈ ਬੁੱਤ ਮੇਰਾ ਲੈਪਟੋਪ ਲਿਆਈ ਉਹ ਕਹਿੰਦਾ ਤੂੰ ਲੈਪਟੋਪ ਕੀ ਕਰਨਾ ਹੈ ਰੋਂਦੀ ਰੋਂਦੀ ਵਿੱਚ ਲੈਪਟੋਪ ਮੰਗਣ ਲੱਗ ਪਈ ਕਹਿੰਦੀ ਫੇਸਬੁੱਕ 'ਤੇ ਆਪਣਾ ਸਟੇਟਸ ਅਪਡੇਟ ਕਰ ਦਵਾਂ ਸਿੰਗਲ ਲਿਖ ਦਵਾਂ ਦੇਖੋ ਦੁਖੀ ਸੀ ਨਾ ਉਹ ਚਾਹੁੰਦੀ ਸਾਰਿਆਂ ਨੂੰ ਪਤਾ ਚੱਲੇ ਮੈਂ ਬਹੁਤ ਦੁਖੀ ਹੁਣ ਇਕੱਲੀ ਰਹਿ ਗਈ ਏਦਾਂ ਦਾ ਜ਼ਮਾਨਾ ਆ ਗਿਆ ਬੀਬੀ ਪਿਆਰ ਕਿੱਥੇ ਰਹਿ ਗਏ ਹੁਣ ਚੁਨੇ ਰਾਮ ਜੀ ਵਿੱਚ ਵੀ ਤੁਸੀਂ ਪੋਜ਼ਿਟਿਵ ਸਾਈਡ ਦੇਖੋ ਬਿਲਕੁਲ ਉਹ ਵਿਚਾਰੀ ਦੱਸਣਾ ਚਾਹੁੰਦੀ ਹੁਣ ਇਕੱਲੀ ਰਹਿ ਗਈ ਬਿਲਕੁਲ ਬਿਲਕੁਲ ਚੁਨੇ ਰਾਮ ਜੀ ਉਹ ਨਾ ਸੋਚੋ ਤੁਸੀਂ ਹਾਲੇ ਬਿਲਕੁਲ ਬਿਲਕੁਲ ਬੀਬਾ ਤੇ ਰੱਬ ਤੇਰਾ ਭਲਾ ਕਰੇ ਹਾਂਜੀ ਤੇ ਸਮਾਂ ਹੁਣ ਹੋ ਗਿਆ ਅਤੇ ਆਪਣਾ MCI ਵਾਲੇ ਮਿੱਤਰ ਸਾਹਿਬ ਅਤੇ ਟਰੱਕਿੰਗ ਵਾਲੇ ਉਹਨਾਂ ਕੋਲ ਵੀ ਜੇ ਤੁਸੀਂ ਕੋਈ ਲੈਣਾ ਕੰਮ ਕਰਾਉਣਾ ਹੈ ਆਪਣਾ ਟਰੱਕਾਂ ਦੇ ਸੰਬੰਧ ਵਿੱਚ ਕੋਈ ਆਪਣੇ ਰਿਟਰਨ ਭਰਵਾਉਣੇ ਆ ਆਪਣੇ ਬਿਜ਼ਨਸ ਦਾ
ਟਰੈਕਿੰਗ ਦਾ ਇਹਨਾਂ ਨਾਲ ਮਿੱਤਲ ਨਾਲ ਗੱਲ ਕਰੋ ਐਮ ਸੀ ਆਇਆ ਨਾਲ ਸਾਰਾ ਕੰਮ ਕਰ ਦਿੰਦੇ ਇਹ ਬਲੱਡ ਟੈਸਟ ਕਰਨਾ ਯੂ ਐਸ ਏ ਦੀਆਂ ਪਲੇਟਾਂ ਕਿਊਬੈਕ ਦੀਆਂ ਪਲੇਟਾਂ ਡਰੱਗ ਟੈਸਟ ਸਭ ਕੁਛ ਕਰਦੇ ਇਹ ਹਾਂ ਅਤੇ ਆਪਣਾ ਹੋ ਗਿਆ ਸਮਾਂ ਚੱਲੀਏ ਬੀਬਾ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਵਾਦਾਂ ਕਿ ਤੁਹਾਡੇ ਘਰ ਵਿੱਚ ਕੋਈ ਵੀ ਵਿਆਹ ਸ਼ਾਦੀ ਕੋਈ ਸੈਰਾਮਨੀ ਆ ਰਹੀ ਹੈ ਤੁਸੀਂ ਉਸਦੀ ਵੀਡੀਓ ਫੋਟੋਗ੍ਰਾਫੀ ਜਾਂ ਡੀ ਜੇ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਧੜਕਣ ਦਾ ਜੋ ਨੰਬਰ ਆ ਰਿਹਾ ਇੱਥੇ ਫੋਨ ਕਰ ਸਕਦੇ ਹੋ ਇਹ ਸੇਵਾਵਾਂ ਲੈ ਕੇ ਅਸੀਂ ਤਕਰੀਬਨ 1988 ਤੋਂ ਤੁਹਾਡੇ ਲਈ ਹਾਜ਼ਰ ਹਾਂ ਔਰ ਸਿਲਸਿਲਾ ਬਿਲਕੁਲ ਬਰਕਰਾਰ ਹੈ ਹਾਲੇ ਵੀ ਅਤੇ ਤੁਸੀਂ ਕੋਈ ਵੀ ਇਸ ਦੇ ਸੰਬੰਧ ਵਿੱਚ ਸਾਡੇ ਕੋਲ ਕੋਈ ਸਵਾਲ ਹੈ ਉਹ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਔਰ 15 ਦਿਨਾਂ ਦੇ ਵਿੱਚ ਤੁਹਾਨੂੰ ਜੋ ਤੁਹਾਡੀ ਵਿਆਹ ਸ਼ਾਦੀ ਦੀ ਵੀਡੀਓ ਫੋਟੋਗ੍ਰਾਫੀ ਦੀ ਜੋ ਐਲਬਮ ਹੈ ਉਹ ਮਿਲ ਜਾਏਗੀ ਔਰ ਇਸ ਗੱਲ ਦਾ ਵਾਅਦਾ ਕਰਦੇ ਹੋਏ ਕਿ ਅਗਲੇ ਹਫ਼ਤੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ ਸੇਮ ਟਾਈਮ ਸੇਮ ਸ਼ੋਅ ਵਿੱਚ ਤਦ ਤੱਕ ਲਈ ਗੁਸ਼ਨ ਮਾਨ ਨੂੰ ਆਗਿਆ ਦਿਓ ਧੰਨਵਾਦ